ਅੰਮ੍ਰਿਤਪਾਲ ਸਿੰਘ ਦੇ ਪਿਤਾ ਹੋਣਗੇ ਕਵਰਿੰਗ ਉਮੀਦਵਾਰ। ਜੇ ਕਿਸੇ ਵਜ੍ਹਾ ਦੇ ਨਾਲ ਅੰਮ੍ਰਿਤਪਾਲ ਸਿੰਘ ਨਹੀਂ ਲੜ ਸਕੇ ਚੋਣਾਂ ਤਾਂ ਪਿਤਾ ਤਰਸੇਮ ਸਿੰਘ ਹੋਣਗੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ। ਜੀ ਹਾਂ, ਲੋਕ ਸਭਾ ਹਲਕਾ ਖਡੂਰ ਸਾਹਿਬ ਪੰਥਕ ਸੀਟ ਹੈ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਆਪਣਾ ਨਾਮਜ਼ਦਗੀ ਭਰੀ ਗਈ ਹੈ ਅਤੇ ਉਸਨੇ ਕਾਗਜ਼ ਪੱਤਰ ਵੀ ਉਹਨੇ ਚਾਚਾ ਦੇ ਵੱਲੋਂ ਦਾਖਲ ਕਰ ਦਿੱਤੇ ਗਏ ਨੇ ਅਤੇ ਹੁਣ ਪਿਤਾ ਦੇ ਵੱਲੋਂ ਵੀ ਕਵਰਿੰਗ ਉਮੀਦਵਾਰ ਹੋਣ ਦੇ ਜਿਹੜੇ ਕਾਗਜ਼ ਨੇ ਉਹ ਜ਼ਿਲ੍ਹਾ ਚੋਣ ਅਫਸਰ ਦੇ ਕੋਲ ਦਾਖਲ ਕਰਵਾ ਦਿੱਤੇ ਗਏ ਨੇ। ਤਾਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਹੈ ਅੰਮ੍ਰਿਤਪਾਲ ਸਿੰਘ। ਮਾਤਾ ਪਿਤਾ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਵੀ ਕਵਰਿੰਗ ਉਮੀਦਵਾਰ ਵਜੋਂ ਇੱਕ ਕਾਗਜ਼ ਦਾਖਲ ਕਰ ਦਿੱਤੇ ਨੇ। ਤੁਹਾਨੂੰ ਦੱਸਦੇ ਹਾਂ ਕਿ ਕਵਰਿੰਗ ਉਮੀਦਵਾਰ ਕੀ ਹੁੰਦਾ ਹੈ। ਜਿਵੇਂ ਅੰਮ੍ਰਿਤਪਾਲ ਸਿੰਘ ਜਿਹੜੇ ਉਹਨਾਂ ਨੇ ਕਾਗਜ਼ ਭਰੇ ਨੇ ਉਹਨਾਂ ਦੇ ਵਿੱਚ ਕੋਈ ਪਰੇਸ਼ਾਨੀ ਆ ਜਾਂਦੀ ਹੈ ਜਾਂ ਕੋਈ ਦਿੱਕਤ ਆ ਜਾਂਦੀ ਹੈ ਤਾਂ ਉਹਨਾਂ ਦੀ ਥਾਂ ਤੇ ਲੋਕ ਵੋਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਯਾਨੀ ਕਿ ਤਰਸੇਮ ਸਿੰਘ ਨੂੰ ਪਾਉਣਗੇ ਤੇ ਅੰਮ੍ਰਿਤਪਾਲ ਦੀ ਥਾਂ ਉਮੀਦਵਾਰ ਬਣ ਜਾਣਗੇ ਤਰਸੇਮ ਸਿੰਘ। ਤਾਂ ਕਰਕੇ ਕਵਰਿੰਗ ਉਮੀਦਵਾਰ ਦੇ ਇਹ ਕਾਗਜ਼ ਪੱਤਰ ਭਰੇ ਗਏ ਨੇ। ਆਓ ਪਿਤਾ ਦਾ ਕੀ ਕਹਿਣਾ ਹੈ ਉਹ ਵੀ ਜਾਣ ਲੈਂਦੇ ਹਾਂ। ਅਸੀਂ ਆਏ ਸੀ, ਪੇਪਰ ਫਾਈਲ ਕਰ ਦਿੱਤੇ ਆ ਅਤੇ ਬਾਕੀ ਵਾਹਿਗੁਰੂ ਦਾ ਸ਼ੁਕਰ ਹੈ, ਸਹੀ ਸਲਾਮਤ ਹੋ ਗਿਆ ਸਾਰਾ ਕੁਛ ਜੀ। ਕਿਹਦੇ ਹੱਕ ਦੇ ਵਿੱਚ ਜਿਹੜੇ ਨੇ ਕਵਰਿੰਗ ਕੈਂਡੀਡੇਟ ਦੇ ਤੌਰ 'ਤੇ ਆਏ ਹੋ ਔਰ ਕਿਹਨਾਂ ਵੱਲੋਂ ਜਿਹੜੇ ਨੇ ਫਾਈਲ ਕੀਤੇ ਗਏ? ਇਹ ਅੰਮ੍ਰਿਤਪਾਲ ਦੇ ਕਵਰਿੰਗ ਅਤੇ ਤਰਸੇਮ ਸਿੰਘ ਉਹਨਾਂ ਦੇ ਫਾਦਰ ਵੱਲੋਂ ਫਾਦਰ ਦਾਖਲ ਕੀਤੇ ਗਏ। ਇਸ ਤਰ੍ਹਾਂ ਦਾ ਲੋਕਾਂ ਦਾ ਤੁਹਾਨੂੰ ਪਿਆਰ ਮਿਲ ਰਿਹਾ? ਬਹੁਤ ਬਹੁਤ ਹੀ ਪਿਆਰ ਮਿਲ ਰਿਹਾ ਜੀ, ਬਹੁਤ ਹੀ ਲੋਕ ਆਪ ਹੀ ਸਾਰਾ ਕੁਛ ਕਰ ਰਹੇ ਜੀ, ਸਾਨੂੰ ਕੁਛ ਕਰਨ ਦੀ ਐਫਰਟ ਕਰਨ ਦੀ ਲੋੜ ਨਹੀਂ ਪੈ ਰਹੀ। ਤੁਹਾਡਾ ਵੀ, ਮੀਡੀਆ ਦਾ ਵੀ ਧੰਨਵਾਦ ਜਿਹੜਾ ਤੁਸੀਂ ਕਾਫੀ ਸਹਿਯੋਗ ਦੇ ਰਹੇ ਸਨ। ਚੋਣ ਪ੍ਰਚਾਰ ਜਿਹੜਾ ਕਰਦੇ ਪਏ ਕੱਲ੍ਹ, ਤੁਹਾਨੂੰ ਕਿਤੇ ਸ਼ਾਇਦ ਕੋਈ ਦਿੱਕਤ ਆਈ ਚੋਣ ਪ੍ਰਚਾਰ ਕਰਨ? ਆਹ ਕੁਛ ਥੋੜ੍ਹੀ ਜਿਹਾ ਕਹਿੰਦੇ ਕਿ ਪਰਮਿਸ਼ਨ ਦਾ ਕੁਛ ਚੱਕਰ ਸੀਗਾ ਅਤੇ ਉਹ ਸ਼ਾਇਦ ਪਰਮਿਸ਼ਨ ਦਾ ਸੀਗਾ ਕੁਛ ਪ੍ਰੋਬਲਮ, ਉਹਦੇ ਵਾਸਤੇ ਕੁਛ ਅਸੀਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਸਾਰਾ ਕੁਛ ਕਰ ਰਹੇ ਹਾਂ ਜੀ। ਵਿਰਸਾ ਸਿੰਘ ਬਟੋਆ ਜੀ ਜਿਹੜੀ ਆ ਮੇਨ ਸਟ੍ਰੀਮ ਦੀ ਗੱਲ ਕਰਦੇ ਨੇ ਲਗਾਤਾਰ, ਅੱਜ ਆਏ ਸੀ, ਉਹਨਾਂ ਨੇ ਕਿਹਾ ਕਿ ਤੁਹਾਡੇ ਵੱਲੋਂ ਕਿ ਉਹਨਾਂ ਦੇ ਫਾਦਰ ਸਾਹਿਬ ਦੀ ਇੰਟਰਵਿਊ ਮੈਂ ਸੁਣ ਰਿਹਾ ਸੀ ਜਿਹਦੇ 'ਚ ਉਹ ਕਹਿ ਰਹੇ ਸੀ ਕਿ ਅੰਮ੍ਰਿਤਪਾਲ ਮੁੱਖ ਧਾਰਾ 'ਚ ਆ ਰਿਹਾ ਅਤੇ ਬਾਕੀਆਂ ਨੂੰ ਕੀ ਤਕਲੀਫ ਹੋ ਰਹੀ ਹੈ। ਹਾਂ ਜੀ, ਅਤੇ ਉਹ ਕਹਿ ਰਹੇ ਕਿ ਸਾਨੂੰ ਤਾਂ ਕੋਈ ਤਕਲੀਫ ਨਹੀਂ, ਉਹ ਮੁੱਖ ਧਾਰਾ 'ਚ ਜੇ ਆ ਜਾਂਦੇ। ਹਾਂਜੀ, ਅਤੇ ਉਹੀ ਹੈ ਕਿ ਉਹਨਾਂ ਨੂੰ, ਮੈਂ ਤਾਂ ਸੋਚ ਰਿਹਾ ਕਿ ਉਹਨਾਂ ਨੂੰ ਸਗੋਂ ਖੁਸ਼ ਹੋਣਾ ਚਾਹੀਦਾ ਕਿ ਕੋਈ ਬੰਦਾ ਆ ਰਿਹਾ, ਲੇਕਿਨ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਮਹਿਸੂਸ ਕਰ ਰਹੇ ਹੋ ਜੀ, ਕਿਉਂਕਿ ਉਹਨਾਂ ਦੇ ਆਉਣ ਨਾਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਜੋ ਪਹਿਲਾਂ ਉਹਨਾਂ ਦੀ ਰਾਜਨੀਤੀ ਚੱਲ ਰਹੀ ਸੀ ਸ਼ਾਇਦ ਉਹਦੇ 'ਚ ਕੋਈ ਰੁਕਾਵਟ ਪਵੇ, ਇਸ ਕਰਕੇ ਉਹ ਜ਼ਿਆਦਾ ਪਰੇਸ਼ਾਨੀ ਮਹਿਸੂਸ ਕਰ ਰਹੇ ਨੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਦੇਖੋ ਜੀ, ਜਿਵੇਂ ਸਿਮਰਜੀਤ ਸਿੰਘ ਮਾਨ ਜਿੱਤੇ ਸੀ, ਹਾਂਜੀ, ਅਤੇ ਉਸ ਤੋਂ ਬਾਅਦ ਜਦੋਂ ਜਿੱਤ ਕੇ ਬਾਹਰ ਆਏ ਆ, ਉਹ ਆਪਣੀ ਜੇ ਸੰਸਦ 'ਚ ਗਏ, ਫਿਰ ਉਹਨਾਂ ਸਹੁੰ ਨਹੀਂ ਚੁੱਕੀ ਸੀ ਕਿਰਪਾਨ ਦੇ ਮੁੱਦੇ ਨੂੰ, ਅਸਤੀਫਾ ਦਿੱਤਾ ਸੀ, ਕਿਤੇ ਭਾਈ ਸਾਹਿਬ ਤਾਂ ਇਸ ਤਰ੍ਹਾਂ ਤਾਂ ਨਹੀਂ ਕਰਨਗੇ? ਨਹੀਂ, ਇਹ ਮੇਰੇ ਖਿਆਲ 'ਚ ਨਹੀਂ ਇੱਦਾਂ ਕਰਨਗੇ, ਬਾਕੀ ਸਭ ਉਹਨਾਂ ਦੇ ਆਉਣ ਤੋਂ ਬਾਅਦ 'ਚ ਹੀ ਉਹ ਹੀ ਕਹਿ ਸਕਦੇ ਹੈ, ਹੈਂ, ਉਹਦੇ ਬਾਰੇ 'ਚ ਅਸੀਂ ਨਹੀਂ ਕਹਿ ਸਕਦੇ। ਅਸੀਂ, ਮੈਨੂੰ ਤਾਂ ਲੱਗਦਾ ਕਿ ਉਹ ਜਾਣਗੇ ਸੰਸਦ 'ਚ ਆਪਣੇ ਪੰਜਾਬ ਦੀ ਆਵਾਜ਼ ਉਠਾਉਣਗੇ। ਆਪਣੇ ਜਿਵੇਂ ਲੋਕਾਂ ਦੇ ਮੁੱਦੇ ਆ, ਜਿਵੇਂ ਆਪਣੇ ਪਛੜਿਆ ਬਾਰਡਰ ਦਾ ਇਲਾਕਾ ਹੋਇਆ, ਇਹਦੇ ਲਈ ਕਿਸ ਤਰ੍ਹਾਂ ਆਵਾਜ਼ ਉਠਾਈ ਜਾਊਗੀ ਤੁਹਾਡੇ ਕੋਲ, ਡਿਸਕਸ ਹੋਤੇ ਹੋਈ? ਨਹੀਂ, ਉਹ ਜੀ, ਉਹ ਸਭ ਤੋਂ ਵੱਡਾ ਮਸਲਾ ਅੱਜ ਕੱਲ੍ਹ ਨਸ਼ਿਆਂ ਦਾ ਬਣਿਆ ਹੋਇਆ, ਉਹਦੇ ਵਾਸਤੇ ਉਹ ਬਹੁਤ ਚਿੰਤਿਤ ਆ। ਉਹ ਪਹਿਲਾਂ ਵੀ ਚਿੰਤਿਤ ਸੀ, ਬਾਕੀ ਜੋ ਬੇਅਦਬੀਆਂ ਦਾ ਮਾਮਲਾ ਵਾ, ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵਾ, ਜੋ ਬਾਰਡਰ ਬੈਲਟ ਦਾ ਕੋਈ ਵੀ ਜੋ ਸਮੱਸਿਆ ਹੋਊਗੀ ਜੋ ਇਸ ਇਲਾਕੇ ਦੀ ਜਾਂ ਪੂਰੇ ਪੰਜਾਬ ਦੀ, ਉਹਦੇ ਵਾਸਤੇ ਉਹ ਤਕੜੇ ਹੋ ਕੇ ਆਵਾਜ਼ ਉਠਾਉਣਗੇ ਔਰ ਕੰਮ ਕਰਨਗੇ। ਅੰਮ੍ਰਿਤਪਾਲ ਸਿੰਘ ਨੇ ਤੁਹਾਡੇ ਨਾਲ ਆਖਰੀ ਜਦੋਂ ਤੁਸੀਂ ਮੁਲਾਕਾਤ ਕਰਕੇ ਕੋਈ ਗੱਲਬਾਤ ਹੋਈ ਉਹਨਾਂ ਦੀ ਕਾਗਜ਼ ਭਰਨ ਤੋਂ ਪਹਿਲਾਂ? ਹਾਂਜੀ, ਉਦਣ ਸਾਡੀ ਕਾਫੀ ਲੰਮਾ ਟਾਈਮ ਡਿਸਕਸ ਹੋਈ, ਪਰਿਵਾਰਕ ਮਸਲੇ ਵਿਚਾਰੇ ਗਏ, ਬਾਕੀ ਹੋਰ ਜਿਹੜੇ ਇੱਧਰ ਦੇ ਹਾਲਾਤ ਪੰਜਾਬ ਦੇ ਉਹ ਉਹਨਾਂ ਨੂੰ ਉਹਨਾਂ ਨੇ ਵਿਚਾਰਿਆ, ਉਦੋਂ ਬਾਅਦ 'ਚ ਉਹਨਾਂ ਨੇ ਸਾਡੇ ਕੋਲ ਜਾਣਕਾਰੀ ਲਈ, ਜੋ ਉਹਨਾਂ ਨੂੰ ਦੁੱਖ ਤਕਲੀਫਾਂ ਉਹਨਾਂ ਨੇ ਸਾਨੂੰ ਦੱਸੀਆਂ।